ਪਤਾ ਨਹੀਂ ਕਿਉਂ ਸਾਨੂੰ ਆਜ਼ਾਦੀ ਮਿਲੇਗੀ ਅਸੀਂ ਵੀ ਇਸ ਸ਼ਿਪ 'ਤੇ ਬਹਿ ਕੇ ਜਾਵਾਂ ਇੱਕ ਦਿਨ ਤਾਂ ਬਾਬਾ ਜੀ ਜਾਣਾ ਹੀ ਜਾਣਾ ਅੱਲਾ ਦੇ ਹੁਕਮ ਨਾਲ ਹਾਂ ਹਾਂ ਪਤਾ ਨਹੀਂ ਦਿਨ ਕਦੋਂ ਆਉਣਾ ਸਭ ਲੋਕ ਕਿਵੇਂ ਰਾਤ ਫਿਰਦੇ ਪਏ ਨੇ ਕਿਸੇ ਨੂੰ ਕੋਈ ਫਿਕਰ ਨਹੀਂ ਹੈ ਵੇਲਾ ਸਿਰਫ ਉੱਥੇ ਜਾਣਾ ਹੈ ਸਾਥੇ ਇੰਨੀ ਮੁਸ਼ਕਲ ਅੱਲਾ ਹੀ ਆਇਆ ਜੇ ਸੁਣਿਆ ਯਾਦ ਸਾਡੇ ਜਦੋਂ ਇੱਥੇ ਇਸੇ ਸ਼ਿਪ ਦੇ ਵਿੱਚ ਕੰਟੇਨਰ ਸੀ ਜਦੋਂ ਮੈਨੂੰ ਕਾਲ ਆਈ ਹੈ ਨਾ ਉਹ ਕੰਟੇਨਰ ਕਿਉਂ ਪਹੁੰਚ ਗਿਆ ਸੀ ਨਾ ਵਿੱਚੋਂ ਮੈਨੂੰ ਕਾਲ ਕੀਤੀ ਹੈ ਤਿੰਨ ਬੰਦੇ ਤੈਨੂੰ ਦੱਸਿਆ ਕਿ ਮੈਂ ਤਿੰਨ ਬੰਦੇ ਜਿਹੜੇ ਮਰਨ ਲੱਗੇ ਸਨ ਕੰਟੇਨਰ 'ਚ ਨਹੀਂ ਨਹੀਂ ਤੂੰ ਪਹਿਲੀ ਵਾਰੀ ਦੱਸ ਹਾਂ ਤਿੰਨ ਬੰਦੇ ਪਾਕਿਸਤਾਨੀ ਸਨ ਤਾਂ ਕੰਟੇਨਰ 'ਚ ਵੜ ਗਏ ਨਾ ਕੋਲਡ ਕੰਟੇਨਰ 'ਚ ਜਿਹੜੇ ਸਬਜ਼ੀ ਵੈਜੀਟੇਬਲ ਆਉਂਦੀ ਹੈ ਉਹਦੇ ਵਿੱਚ ਨਾ ਆਪਾਂ ਵੜ ਗਏ ਅਤੇ ਦੋ ਮੁੰਡੇ ਵੀ ਹੋਸ਼ ਹੋ ਗਏ ਇੱਕ ਨੂੰ ਹੋਸ਼ ਸੀ ਉਹਨੇ ਫੋਨ ਕੀਤਾ ਕੈਂਪ ਵਿੱਚ ਕਿਸੇ ਮੁੰਡੇ ਨੂੰ ਉਹ ਕੈਂਪ 'ਚ ਮੁੰਡਿਆਂ ਨੇ ਮੈਨੂੰ ਫੋਨ ਕੀਤਾ ਫਿਰ ਮੈਂ ਕੀਤਾ ਕੋਸਟ ਗਾਰਡ ਵਾਲਿਆਂ ਨੇ ਫੋਨ ਉਹਨਾਂ ਮੈਂ ਕਿਹਾ ਤਿੰਨ ਬੰਦੇ ਮਰਦੇ ਪਏ ਨੇ ਸ਼ਿਪ 'ਚ ਉਹਨਾਂ ਨੂੰ ਬਚਾ ਲਓ ਯਕੀਨ ਜਾਣ ਸ਼ਾਮ ਉਹਨਾਂ ਨੇ ਮਰ ਜਾਣਾ ਸੀ ਉਸ ਦਿਨ ਸਾਹ ਬੰਦ ਹੋ ਗਿਆ ਸੀ ਉਹਦਾ ਆਕਸੀਜਨ ਦੀ ਕਮੀ ਹੋ ਗਈ ਸੀ ਲੱਗੀ ਮੇਰੀ ਪਰ ਸ਼ੁਕਰ ਹੈ ਖੁਦਾ ਦਾ ਕਿ ਉਹ ਬਚ ਗਏ ਮੈਂ ਪਾਕਿਸਤਾਨ ਤੋਂ ਉਹਨੇ ਮੈਨੂੰ ਪੁਲਿਸ ਨੇ ਟੋਰਚਰ ਕੀਤਾ ਜਿਹਦੇ ਜ਼ਖਮ ਨੇ ਨਿਸ਼ਾਨ ਨੇ ਗੋਲੀ ਮਾਰੀ ਗਈ ਹੈ ਮੈਨੂੰ ਮੇਰੇ ਮੋਢੇ 'ਤੇ ਗੋਲੀ ਮਾਰ ਕੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਤਕਰੀਬਨ ਜ਼ਖਮੀ ਹੋ ਕੇ ਡਿੱਗ ਪਿਆ ਉਹਨਾਂ ਨੇ ਫਿਰ ਉਹੀ ਗੱਡੀ ਜਿਸ ਗੱਡੀ 'ਤੇ ਆਏ ਸਨ ਉਹਨਾਂ ਨੇ ਮੈਨੂੰ ਮੇਰੇ ਉੱਤੇ ਛੁਡਾ ਦਿੱਤੀ ਹੈ ਉਸ ਤੋਂ ਬਾਅਦ ਮੇਰੀ ਮੱਥੇ ਦੀ ਹੱਡੀ ਹੈ ਜਿਹਦੇ ਉੱਤੇ ਟੈਰ ਛੁਡਾਇਆ ਗਿਆ ਮੇਰੀ ਹੱਡੀ ਟੁੱਟ ਗਈ ਫਰੰਟ ਵਾਲੀ ਸੁਰਾਖ ਹੋ ਗਿਆ ਔਰ ਮੈਂ ਜਿਸ ਤਰ੍ਹਾਂ ਬੰਦਾ ਮਰ ਜਾਂਦਾ ਮੈਂ ਮਰ ਗਿਆ ਉਸ ਟਾਈਮ
ਇੰਨੇ ਟੋਰਚਰ ਤੋਂ ਬਾਅਦ ਫਿਰ ਮੈਂ ਫੈਸਲਾ ਕੀਤਾ ਕਿ ਮੈਂ ਆਪਣਾ ਮੁਲਕ ਜਿਹੜਾ ਨਾ ਔਰ ਮੈਂ ਜਿਹੜੇ ਮੇਰੇ ਪੁਰਾਣੇ ਸਿਆਸਤਦਾਨ ਸਨ ਜਿਹੜੇ ਨੇ ਪਾਰਟੀ ਸੀ ਮੇਰੀ ਪੁਰਾਣੀ ਉਹਨਾਂ ਨੂੰ ਮੈਂ ਛੱਡ ਦਿੱਤਾ ਮੈਂ ਇਮਰਾਨ ਖਾਨ ਨੂੰ ਜੁਆਇਨ ਕੀਤਾ ਜਿਹਦੀ ਵਜ੍ਹਾ ਤੋਂ ਸਾਰੀਆਂ ਪ੍ਰੋਬਲਮ ਮੇਰੇ ਨਾਲ ਬਣੀਆਂ ਨੇ Τουρκία είναι εδώ, είναι από εδώ, είναι 4,5 μίλια, το πιο κοντινό μέρος εδώ. Καλά, γίνεται αυτό εδώ, γίνεται εδώ και 10 χρόνια σε εμάς, δεν είναι τώρα. Για να σου πω να καταλάβεις, πριν το 2009 εδώ, εδώ ακριβώς. Είχα βγάλει 10 άτομα και πνιγήκαν άλλοι 10, 10 μωρά, εγώ τα βγάλα και τα πνιγμένα και τα ζωντανά. Αλλά πέρσι ήταν λέω, δεν υπήρχε βραδιά που να είμαστε έτσι στα καλαμάρια και να μην βγει βάρκα. Και όχι μια, 5, 10, 15, 20. Και περνούσε μισή ώρα και έβλεπες μια θάλασσα ανθρώπινο. Κατέβαινε το φουσκωτό και πέφτανε στη θάλασσα. Τι θα κάθεσαι να πηγαίνεις καλαμάρια ή θα σχόνεις τα δίχτυα και άλλος θα πνίγεται. Ένα βράδυ εδώ ανοιχτά, γύρω στα 1,5 μίλια, ερχόμουν από εκεί, από τον Κόρακα και πέφτω σε μια βάρκα πάνω, αλλά ήταν η βάρκα γεμάτη νερό. Ευτυχώς, ήταν σύριγοι και το καταλάβανε. Πήρα 18 παιδιά μέσα. Παραπάνω από 3 χρόνια μόνο δεν είχε. Πίπλα μικρά. Όλα τόσα. Μέσα στο σημείο δεν φαινότανε. Αφού δάκρυσε με τον Θεό. Στις αρχές που πρωτοξεκίνησε αυτή η κατάσταση είχα να κοιμηθώ ένα μήνα. Δεν είναι που να ξεκινήσω μάτι. Έβλεπα όλα αυτά στο ύπνο μου. Καταστάσεις δραματικές, πολύ. عاشقم
جدید آهنگو دارم میزنم من واسه نمیخواد تجربی کنی به خدا واسه سوزی برام تو حروم بشی برو تو بزرگی میخوام که فقط آرزون بشی آرزون بشی ਅਵੇ ਆਂਦੇ ਕੀ ਨੇ ਪੇ ਵੀ ਵਾਂਟ ਫਰੀਡਮ ਜਸਟ ਆਜ਼ਾਦੀ ਆਜ਼ਾਦੀ ਮੰਗਦੇ ਫਰੀਡਮ ਮੰਗਦੇ ਪਏ ਨੇ ਹੋਰ ਕੀ ਮੰਗਦੇ ਨਹੀਂ ਹਾਕੇ ਬਾਬਾ ਜੀ ਤੇ ਉਹ ਵੀ ਨਹੀਂ ਆਪਣਾ ਮਿਲਣ ਦੇ ਆਏ ਇੱਥੇ ਆਣ ਕੇ ਮੈਨੂੰ ਤਾਂ ਪਤਾ ਸਾਰੇ ਹੀ ਨਾ ਵੜ ਖੱਪੇ ਚ ਗਏ ਆ ਆਵੇ ਹਮ ਥੋੜਾ ਹਾਲ ਹੀ ਆਵੇ ਅੱਗ ਲਾਹੜੀ ਹੈ ਫੜ ਕੇ ਨਾ ਤੇ ਕਿਹੜੇ ਨਹੀਂ ਸਾਰੇ ਅਫਗਾਨੀ ਕੀ ਕਰਨ ਨੇ ਲੋਕ ਤੰਗ ਆ ਚੁੱਕੇ ਨੇ ਜੇ ਨਹੀਂ ਮਰੀਜ਼ ਹੁੰਦੇ ਨੇ ਪਾਗਲ ਹੁੰਦੇ ਨੇ ਆਵੇ ਅਫਗਾਨੀ ਕੀ ਕਿਵੇਂ ਲੱਗਾ ਆਈ ਅਗਰ ਕੋਈ ਅੰਦਰ ਆਇਆ ਤਾਂ ਉਹਨੂੰ ਬਚਾਇਆ ਜਾਏ ਕਿਉਂਕਿ ਪੁਲਿਸ ਤੇ ਆਈ ਹੋਈ ਸੀ ਉੱਥੇ ਪੁਲਿਸ ਉੱਥੇ ਕਿੱਥੇ ਪੁਲਿਸ ਪਿੱਛੇ ਮਜ਼ਾ ਲੈਣ ਦੇ ਸੀ ਲੋਕ ਜਨਾਬ ਪੁਲਿਸ ਨਾ ਮੈਂ ਗਿਆ ਤੇ ਮੈਨੂੰ ਪਤਾ ਕੀ ਕਹਿੰਦੇ ਨੇ ਇੰਜੋਏ ਕਰ ਤੂੰ ਬਸ ਇੰਜੋਏ ਕਰ ਸਾਈਡ ਤੇ ਖੜਾ ਹੋ ਕੇ ਮੈਂ ਕਿਹਾ ਇਹ ਕੀ ਤੂੰ ਮੈਨੂੰ ਕਹਿੰਦਾ ਇੰਜੋਏ ਕਰ ਇੰਜੋਏ ਕਿ ਲੋਕ ਮਰਦੇ ਪਏ ਨੇ ਪੁਲਿਸ ਦੂਸਰੀ ਵੀਡੀਓ ਹਾਂ ਔਰ ਮੈਨੂੰ ਲੱਗਦਾ ਕਿ ਸੇਮ ਪਾਕਿਸਤਾਨ ਦੀ ਪੁਲਿਸ ਨਾਲ ਵੀ ਪੂਰੀ ਪੁਲਿਸ ਹੈ ਬੜੀ ਭੈੜੀ ਪੁਲਿਸ ਦੂਸਰੀ ਵੀਡੀਓ ਹਾਂ ਮੈਨੂੰ ਇਹ ਸੀਰੀਅਨ ਇਹ ਪੁਲਿਸ ਵਾਲੇ ਨੇ ਸੀਰੀਅਨ ਔਰਤ ਨੂੰ ਥੱਪੜ ਮਾਰਿਆ ਅੱਛਾ ਜੀ ਔਰ ਰੋਣ ਦਾ ਹੀ ਹੈ ਕਿ ਪੁਲਿਸ ਨੇ ਥੱਪੜ ਮਾਰਿਆ ਧੱਕੇ ਮਾਰੇ ਨੇ ਹੁਣ ਵੇਖਲਾ ਔਰਤਾਂ ਨਾਲ ਬਦਤਮੀਜ਼ੀ ਕਰਦੇ Ναι, είπαν, Χριστό, έρχεται μια βάρκα του λιμεναρχείου, βλέπω από το Μόλιβο έρχεται τώρα. Φέρνει μια βάρκα με 50 άτομα. Ναι, για σκάλα, το γνωρίζεις, εντάξει. Όχι, απλά σε ενημερώνω, εντάξει. Thank you.
Αλλά παγαίνουμε κάθε μέρα όμως. Δυο η ώρα και πάμε να κάτσουμε να γυρίσουμε σκουτνά. Ήρθε μια βάρκα αργά-αργά. Βγαίνει η γυναίκα με το παιδί στην αγκαλιά. Βρεμένη, είχε και φουρτούνα και η άντρα. Εγώ το παιδάκι δεν το τάισα για ξένο, για αυτό μωρό. Κοίταζα το μωρό να ταγίσω, να... Ούτε ιδέα είχαμε για φωτογραφία, ούτε τίποτα. Ύστερα τηλεόραση τα είδαμε. Είναι για να το πάρουμε, δεν ξέρω. Άμα το πάρουμε, να είναι καλό για το κράτος, για την Ελλάδα. Δεν έχω τίποτα να πάρω, δεν ξέρω. Λόγιες έχουν ζώσει τη Μόρια στη μεγάλη φωτιά που ξέσπασε στις 10 το βράδυ και στήχησε τη ζωή σε δύο πρόσφυγες. Μια 60χρονη γιαγιά με το 6χρονο γονάκι της και η σκηνή τυλίχθηκε στις φλόγες. Από τη φωτιά που επεκτάθηκε, μια 25χρονη και ένα 2χρονο αγοράκι από την ίδια οικογένεια με τα θύματα τραυματίστηκαν σοβαρά και μεταφέρθηκαν στην Αθήνα. Moria problem, Moria problem, Moria problem, Moria problem, Moria problem, Moria problem, Moria problem. हेलो हाँ जी शाम की हाल है शाम ठीक ठाक किधर मैं कॉल करना है पहले आ बस कैंप जी यार अगल अगली सेज़ ते तुझी सुनाओ करना किधर दे पड़ गया हो अल्लाह ताला का शुक्र है यार मैं जो मैं रात करने का आता हूँ आज टाइम कितने हो बहुत लकी है यार हैं बाबा जी बस ना ना अल्लाह ताला ने जगाड़ ला देता है कि बंदे इतना रहता कि तो कि अपना उन्हें अपना आखिर में अपना कार्ड ला क्या है वहाँ ब्रांड से भी जो अच्छा तो चीर उसे लानी है हाँ अच्छा मतलब की प्रोसेस है ये कुछ शक के चलो ठीक है ओके बाय अल्लाह हाफिज
κάτω. Α, μικρό είναι. Αυτό είναι. Τράψαλα είναι. Τράψαλα είναι. Όχι, είναι. Όχι, μα καλαμάρι είναι. Α, ήταν μικρό. Ήταν κύματα, τα πρώτα κύματα τότε, από 2002. Δεν ήταν, ήταν Αφγανοί. Αφγανοί και μετά, Πακιστανοί και μετά ήταν ένα κύμα, ας πούμε, από Ιράκ. Ναι, ναι, ναι. Το 96 που είχαμε βγει, πήραμε ούζο εκεί. 96, ήταν Κούρδοι. Ναι. Από Συρία ή από Ιράκ. Είπα από Τουρκία. Δεν θυμάμαι. Εμείς με το που είδαμε, ήταν πρώτη φορά που είδαμε. Λέμε τι έγινε, μας την πέσανε, μας πιάσανε. Ναι, ναι. Με γυναίκες, ό,τι μωρά, δεν ξέραμε τι έκαναμε. Λέμε, τι έγινε, τρόπο, πού ήρθαν τότε οι άνθρωποι. ਪੈਰਿਸ ਹੀ ਹਾਲੇ ਤੱਕ ਮੈਂ ਕਿਹਾ ਹਾਂਜੀ ਬਿਲਕੁਲ ਮੈਂ ਹਜੇ ਪੈਰਿਸ ਹੀ ਇੱਥੇ ਹੀ ਹਾਂ ਮੈਂ ਨੰਬਰ ਮੇਰਾ ਨਹੀਂ ਆਇਆ ਨੰਬਰ ਥਾਣੇ ਚ ਆਇਆ ਮਸਲਾ ਕੀ ਬਣਿਆ ਸੀ ਮਸਲਾ ਕੇਸ ਰਿਜੈਕਟ ਹੋ ਗਿਆ ਸੀ ਅਸਾਈਲਮ ਦਾ ਤੇ ਮੈਨੂੰ ਰੈਸਟ ਫੜਨ ਲੱਗਿਆ ਸੀ ਤੇ ਮੈਂ ਨਿਕਲ ਗਿਆ ਕਿਸੇ ਨਾਲ ਗੱਲ ਕੀਤੀ ਹੈ ਜਾਣ ਨਾਲ ਤੇ 1500 ਯੂਰੋ ਨਾਲ ਗੱਲ ਹੋਈ ਉਹਦੇ ਨਾਲ ਸਾਰੀ ਗੱਲ ਪਾਕਿਸਤਾਨ ਭੇਜਣਗੇ ਤੇ ਫਿਰ ਉੱਥੇ ਕੋਈ ਹੋਣਾ ਜੋ
پولیس والے مار دیں گے اور کیا کوئی سمجھ نہیں آ رہی کی کرا Λοιπόν, σας ευχαριστούμε. Γεια σας. Να είστε καλά. Να είστε καλά. Λοιπόν, άντε, βγάλε το γλυκό να μην κεράκι. Κάτσε, περίμενε. Έλα. Έλα, Κατρίν, Κατρίν. Έλα, πάμε. Ευχαριστώ πάρα πολύ. Πάλετε. Γιαγιά, μπράβο. Και συγχαρητήρια. Ευχαριστούμε. Ναι, ναι. Δεν πήγαν το πέντο νησί. The Norwegian Nobel Committee has decided to award the Nobel Peace Prize for 2016 to Colombian President Juan Manuel Santos for his resolute efforts to bring the country's more than 50-year-long civil war to an end. De qué dígame, Colombia. ¿Es de ese pago? ¿Qué ojalá? ¿Qué tipo ojalá? Aquí en Burna estoy campeona. ¿De qué dígame? Colombia. ¿A fue Nicolás Carat? Colombia. Λοιπόν, πώς νιώθετε τελικά? Όποιος το πήρε, καλά έκανε και το πήρα. Καλά δεν το είπε το νησί μας. Σας ευχαριστούμε πάρα πολύ. Τι θα θυμόσαστε ακριβώς, Κιμιδίτσα? Θα θυμόμαστε το... Μας κάναν μεγάλες δόξες. Μας βγάλαν φωτογραφίες, μας βγάλαν... Σας ευχαριστούμε πολύ.
ਕੀ ਪੱਕ ਰਿਹਾ ਅੱਜ ਨਾ ਲੇਟ ਨਾਈਟ ਪ੍ਰੋਗਰਾਮ ਉਹ ਭਾਜੀ ਸਿਰਫ ਉਹਨਾਂ ਨੇ ਕਿਹਾ ਕਿ ਆਪਣਾ ਇਨਸਾਨੀ ਹਕੂਕ ਦੀ ਬੁਨਿਆਦ ਤੇ ਜਿਹੜਾ ਤੁਹਾਡਾ ਕੇਸ ਪਾਸ ਹੋਇਆ ਪਾਸ ਨਹੀਂ ਹੋਇਆ ਤੁਹਾਨੂੰ ਚਾਂਸ ਦਿੱਤਾ ਕਿ ਤੁਸੀਂ ਆਪਣਾ ਰਹਿ ਸਕਦੇ ਹੋ ਇੱਥੇ ਗ੍ਰੀਸ ਵਿੱਚ ਇਨਸਾਨੀ ਹਕੂਕ ਦੇ ਬਾਕੀ ਤੁਹਾਡਾ ਕੇਸ ਜਿਹੜਾ ਤਾਂ ਰਿਜੈਕਟ ਹੋ ਗਿਆ ਅਸੀਂ ਨਹੀਂ ਮੰਨਦੇ ਤੁਹਾਨੂੰ ਤੁਹਾਡੀ ਕਾਰੀ ਠੀਕ ਹੈ ਹੁਣ ਮੇਰਾ ਜੇਲ੍ਹ ਹੈ ਕਿ ਜਿੰਨੀ ਜਲਦੀ ਹੋ ਸਕੇ ਮੈਂ ਇੱਥੋਂ ਨਾ ਸ਼ਿਫਟ ਬਵਾਂ ਦੇ ਨਿਕਲ ਜਾਵਾਂ ਤਿੰਨ ਘੰਟਾ ਉੱਥੇ ਵੀ ਇੰਤਜ਼ਾਰ ਕਰਨਾ ਪੈਣਾ ਪੋਰਟ 'ਤੇ ਵੀ ਅੱਠ ਵਜੇ ਸ਼ਿਫਟ ਨਿਕਲਣਾ ਅਤੇ ਮੈਂ ਤੈਨੂੰ ਫਿਰ ਪਹੁੰਚ ਕੇ ਇਨਸ਼ਾਅੱਲਾ ਫੋਨ ਕਰਾਂਗਾ ਪਰੇਸ਼ਾਨ ਨਹੀਂ ਹੋ ਗੁਲਫਾਮ ਗੱਲ ਹੋ ਲੱਗੀ ਵੀ ਸੁਣੇ ਯਕੀਨ ਅਫਸਰ ਆਪਦੀ ਜ਼ਾਤ ਕਿ ਹਾਂ ਕਲਾ ਲਈ ਕਮਾਉਣਾ ਆ ਅਤੇ ਦਿਲ 'ਚ ਵਾਅਦਾ ਕੀਤਾ ਇਕੱਲਾ ਸੋਹਣੇ ਹੱਕ ਲਾ ਅਤੇ ਕਮਾ ਖਾਣੀ ਆਪਣੇ ਮਾਂ ਪਿਓ ਆਪਣੇ ਭੈਣ ਭਰਾਵਾਂ ਨੂੰ ਖਵਾਉਣੀ ਹੈ ਮੈਂ ਅੱਲਾ ਸੋਹਣੇ ਤੇਰੀ ਜ਼ਮਾਇਸ਼ ਦੇ ਮਾੜਾ ਜਿਹਾ ਵੀ ਕਾਬਲ ਨਹੀਂ ਹੈ ਕਿਉਂਕਿ ਨਾ ਮਾਲਕਾ ਮੇਰੇ 'ਚ ਇੰਨਾ ਸਬਰ ਹੈ ਬੰਦੇ ਦੀ ਜ਼ਮਾਇਸ਼ ਕਦੀ ਜ਼ਿਆਦਾ ਨਹੀਂ ਲੈਂਦਾ ਹੈ ਬਹਰਹਾਲ ਗੱਲ ਕਹਿਣ ਦਾ ਮਕਸਦ ਹੈ ਕਿ ਮੈਂ ਉਹਦੀ ਜ਼ਮਾਇਸ਼ ਦੇਣ ਦੇ ਵੀ ਕਾਬਲ ਨਹੀਂ ਹੈ ਅੱਲਾ ਪਾਕ ਬੱਚਾ ਚਲੇਗਾ ਠੀਕ ਹੈ ਫਿਰ ਚਲੀਏ Thank you.